हेलो जी, सत श्री अकाल सारिआं नूं। हो तुहाडा की हाल चाल आ? उम्मीद है तुसीं ठीक ठाक होवोंगे। तो सवेर दे वजे ने 6, अज हैगा मंडे। मंडे की छुट्टी है तो आपां सवेरे सवेरे उठ के बना ली चाह, तो हुण आपां उठाउणे आ बीबी होणा नूं। ਲਓ ਜੀ, ਬਿਸਕਿਟ ਸਾਡੇ ਸਰਾਣੇ ਰਹਿੰਦੇ ਹਮੇਸ਼ਾ। ਇਹ ਰੇਸ਼ ਦੇ ਪਾਪਾ ਦਾ ਡੱਬਾ ਸੀ ਬਿਸਕਿਟਾਂ ਵਾਲਾ, ਉਹ ਹਮੇਸ਼ਾ ਇਹਦੇ ਵਿੱਚ ਨਾ ਬਿਸਕਿਟ ਪਾ ਕੇ ਰੱਖਦੇ ਮਾਮੀ। ਤੇ ਉਹ ਇੱਥੇ ਬੈਠੇ ਹੁੰਦੇ ਸੀ ਆਹ ਵਾਲੀ ਸੀਟ ਤੇ। ਅੱਛਾ, ਪੱਕਾ ਉਹਨਾਂ ਦੀ ਆਹ ਵਾਲੀ ਸਾਈਡ ਸੀ। ਹਾਂ, ਉਧਰ ਨਹੀਂ ਸੀ ਤੇ ਇਹਨਾਂ ਨੇ ਇੱਥੇ ਰੱਖਣਾ ਆਪਦਾ ਸਰਾਣੇ ਰੱਖਣਾ। ਹਾਂ, ਤੇ ਜਦੋਂ ਚਾਹ ਪੀਣੀ ਉਹ ਖਾਲੀ ਪੇਟ ਚਾਹ ਜਮੇ ਹੀ ਨਹੀਂ ਪੀਂਦੇ ਸੀ, ਜਮਾ ਨਹੀਂ। ਤੇ ਉਹਨਾਂ ਨੇ ਬਸ ਉਦੋਂ ਇੱਕ ਅੱਧਾ ਬਿਸਕਿਟ ਖਾ ਲੈਣਾ ਖਾ ਲੈਣਾ। ਹਾਂ, ਸਵੇਰੇ ਮੈਂ ਇੱਕ ਬਿਸਕਿਟ ਖਾਣਾ ਪੱਕਾ ਹੀ ਸਵੇਰਾ, ਉਹਨਾਂ ਨੇ ਦੋ ਬਿਸਕਿਟ ਖਾਣੇ ਤੇ ਜਾਂ ਅਸੀਂ ਰਸ ਖਾਂਦੇ ਰਾਤ। ਤੇ ਦੁਪਹਿਰੇ ਵੀ ਜੀ ਮੂਡ ਹੁੰਦਾ ਉਹਨਾਂ ਦਾ ਚਾਹ ਦੇ ਨਾਲ ਇੱਕ ਅੱਧਾ ਖਾ ਲੈਣਾ ਖਾ ਲੈਣਾ। ਤੇ ਪਰ ਇਹ ਡੱਬਾ ਸਰਾਣੇ ਹੁੰਦਾ ਸੀ ਉਹਨਾਂ ਨੇ, ਪੱਕਾ ਹੀ ਬਸ ਮੈਂ ਉੱਥੇ ਰੱਖੀ ਰਾਦੀ ਸੀ। ਤੇ ਹੁਣ ਤੇ ਇਹ ਸਾਡੇ ਸਰਾਣੇ ਪਿਆ ਰਹਿੰਦਾ, ਹੁਣ ਤੁਹਾਡੇ ਸਰਾਣੇ ਪਿਆ ਰਹਿੰਦਾ। ਉਹੀ ਡੱਬਾ ਮੈਂ ਆਪਦੇ ਸਰਾਣੇ ਕਹੀਏ ਤਾਂ ਹੈ। ਹਾਂ, ਉਵੇਂ ਵਿਚਾਰਾ ਕਹਿੰਦਾ ਉਹ ਦੁਨੀਆ ਤੁਰੀ ਜਾਂਦੀ ਹੈ, ਜਲਦੀ ਉੱਠਦੇ ਰੌਲਾ ਪਾਉਣ ਲੱਗ ਜਾਂਦਾ। ਮਸਾਂ ਚਾਹ ਪੀਂਦੇ ਭਾਈ ਸਾਹਿਬ ਸਰਾਣੀ ਖੜਾ ਰਹਿੰਦਾ, ਜਿਵੇਂ ਉਹ ਚਾਹ ਦਾ ਕੱਪ ਰੱਖ ਦਿੰਦੇ ਨਾ ਪੀ ਕੇ, ਬਸ ਫਿਰ ਕੋਟੇ ਮਾਰਨ ਲੱਗ ਜਾਂਦਾ। ਸੱਚੀ ਟੈਨਸ਼ਨ ਦੀ ਕਿੰਨੀ ਲੋ ਕਹਿੰਦੇ ਸੀਗੀ। ਆ ਲੋ ਪੀ ਲੋ ਚਾਹ ਪੀ ਲੋ, ਮੰਮੀ ਇਧਰ ਹੀ ਆ ਜਾ। ਉਹ ਦੇਖੋ ਜੀ, ਮੇਰੇ ਹਿਸਾਬ ਕਿਤਾਬ ਵਾਲੇ ਰਜਿਸਟਰ, ਜਿਹੜੇ ਆਪਾਂ ਸੂਟਾਂ ਦੇ ਹਿਸਾਬ ਕਿਤਾਬ ਕਰਦੇ ਰਹਿੰਦੇ ਹਾਂ, ਆਰਡਰ ਲੈਂਦੇ ਰਹਿੰਦੇ ਹਾਂ, ਦਿੰਦੇ ਰਹਿੰਦੇ ਹਾਂ, ਹਨਾ। ਰਾਤ ਨਾ ਜੀ ਮੇਲਾ ਦਾ 9:30 ਦਾ, 9:30 ਦਾ ਟਾਈਮ ਹੀ ਹੋਊਗਾ ਨਾ ਉਦੋਂ, ਜਦੋਂ ਮੈਂ ਠਾਇਆ ਸੀ ਤੂੰ ਸੁੱਤੀ ਨੂੰ। ਤੇ 9:30 ਦਾ ਟਾਈਮ ਸੀਗਾ ਤੇ ਕਿਸੇ ਭੈਣ ਦਾ ਫੋਨ ਆ ਗਿਆ, ਚਾਹ ਦਾ 10 ਵਜੇ ਦਾ ਹੋਣਾ, 9:30 ਦੱਸਦਾ ਹੀ ਸੀ। ਨਹੀਂ ਉਦੋਂ ਮੇਰੇ ਖਿਆਲ ਨਹੀਂ ਬੀਬੀ, ਉਦੋਂ ਇੰਨਾ ਨਹੀਂ ਸੀਗਾ, ਤੁਸੀਂ ਤਾਂ ਲੇਟ ਤੱਕ ਬੈਠੀਆਂ ਰਹੀਆਂ ਨਾ। 10 ਦਾ ਹੋਣਾ ਤੇ ਚਲੋ ਕਿਸੇ ਭੈਣ ਦਾ ਫੋਨ ਆ ਗਿਆ, ਉਹ ਸੂਟਾਂ ਨਾਲ ਸੰਬੰਧਿਤ ਹੀ ਫੋਨ ਆਉਂਦੇ ਹੁੰਦੇ ਨੇ ਹਨਾ। ਤੇ ਫੋਨ ਆ ਜਿਹੜਾ ਉਹ ਬੀਬੀ ਦੇ ਨੰਬਰ ਤੇ ਆਉਂਦਾ ਹੁੰਦਾ, ਫਿਰ ਬੀਬੀ ਨੇ, ਮੈਂ ਬਹੁਤ ਗੂੜੀ ਨੀਂਦ ਸੁੱਤੀ ਪਈ ਸੀ, ਫਿਰ ਬੀਬੀ ਨੇ ਮੈਨੂੰ ਠਾਤਾ ਹਨਾ। ਸਾਰਾ ਦਿਨ ਥਕੇਵਾਂ ਹੋ ਜਾਂਦਾ ਵੀ ਪਹਿਲਾਂ ਡਿਊਟੀ ਤੇ ਜਾਓ, ਕੱਲ੍ਹ ਵੀ ਅਸੀਂ 2-3 ਘੰਟੇ ਗਏ ਸੀ ਸੰਡੇ ਨੂੰ ਡਿਊਟੀ 'ਤੇ ਜਾਓ, ਫਿਰ ਸਾਰਾ ਦਿਨ ਕੱਪੜੇ ਕੁੱਪੜਿਆਂ ਦਾ ਕੰਮ ਚੱਲਦਾ ਹੀ ਰਹਿੰਦਾ, ਚੱਲਦਾ ਹੀ ਰਹਿੰਦਾ, ਫੋਨ ਮੈਸੇਜ ਸਾਰਾ ਦਿਨ ਚੱਲਦੇ ਰਹਿੰਦੇ ਨੇ। ਅਤੇ ਬੀਬੀ ਨੇ ਮੈਨੂੰ ਠਾਤਾ ਸੁੱਤੀ ਪਈ ਨੂੰ, ਫਿਰ ਮੈਨੂੰ ਨੀਂਦ ਨਾ ਆਵੇ, ਤੁਹਾਨੂੰ ਵੀ ਪਤਾ ਵੀ ਜਦੋਂ ਇੱਕ ਵਾਰੀ ਨੀਂਦ ਟੁੱਟ ਜਾਂਦੀ ਹੈ ਨਾ ਆਪਣੀ, ਫਿਰ ਔਖੀ ਆਉਂਦੀ ਆ। ਫਿਰ ਬਸ ਉਹ ਨਾ ਅਚਵੀ ਜੀ ਲੱਗ ਗਈ, ਲੱਤਾਂ ਦੁਖਣ ਲੱਗ ਗਈਆਂ, ਫਿਰ ਨੀਂਦ ਦੀ ਗੋਲੀ ਖਾਈ, ਫਿਰ ਮੈਂ ਸੁੱਤੀ। ਫਿਰ ਤਾਂ ਮੈਨੂੰ 6 ਵਜੇ ਜਾਗ ਆਈ ਜਾ ਕੇ, ਅਤੇ ਹੁਣ ਉੱਠ ਕੇ ਅਤੇ ਫਿਰ ਆਪਾਂ ਚਾਹ ਚੁੱਕ ਲਈ। ਚਲੋ ਠੀਕ ਹੈ ਜੀ, ਤੁਸੀਂ ਵੀ ਪੀਓ ਚਾਹ, ਅਸੀਂ ਵੀ ਪੀ ਲਈਏ, ਬਹੁਤ ਗੱਲਾਂ ਹੋ ਗਈਆਂ ਸਵੇਰੇ ਸਵੇਰੇ। ਮਾਨੂੰ, ਓ ਮਾਨੂੰ ਕਿੱਥੇ ਹੈ ਗੁੱਗੂ? ਓਏ ਓ ਬੈਠੀ, ਓ ਬੈਠੀ। ਹਾਂ ਗੁੱਗੂ, ਹਾਂ ਤੂੰ ਟਾਈਸ਼ਨ ਆ ਗਿਆ ਫੇਰ, ਟਾਈਸ਼ਨ ਫੇਰ ਆ ਗਿਆ। ਹਾਂ ਹਾਂ, ਓ ਕੀ ਹੈ ਕੀ ਹੈ ਕੀ ਹੈ, ਤੂੰ ਹੀ ਬੈਠ ਗਈ, ਕਿੰਨਾ ਪਿਆਰਾ ਹੈ। ਤੂੰ ਖਾਣਾ ਪੀਣਾ ਨੀ ਕੁਛ? ਤੈਨੂੰ ਭੁੱਖ ਨੀ ਲੱਗੀ? ਭੁੱਖ ਨਹੀਂ ਲੱਗੀ ਤੈਨੂੰ? ਦੁੱਧ ਪੀਣਾ? ਤੂੰ ਦੁੱਧ ਪੀਣਾ? ਬੜਾ ਪਿਆਰਾ ਹੈ, ਮੈਨੂੰ ਤਾਂ ਟਾਈਸਨ ਨਹੀਂ ਲੱਗਦਾ ਇਹ, ਮੈਨੂੰ ਟਾਈਸਨ ਵਾਂਗੂ ਮੋਹ ਆਉਂਦਾ ਇਹਦਾ। ਹਾਂ ਕੀ ਹੈ, ਠੰਡ ਲੱਗਦੀ ਸੀ ਬਹਿ ਗਿਆ ਬੈਠ ਕੇ? ਊਂ ਹੀ ਬਹਿ ਗਿਆ, ਠੰਡ ਕੀ ਲੱਗਦੀ ਸੀ ਇਹਨੂੰ? ਵੈਸੇ ਹੀ ਜਗ੍ਹਾ ਜੀ ਮਿਲ ਗਈ ਵਧੀਆ ਬੈਠਣ ਨੂੰ, ਨੀਂਦ ਤਾਂ ਆਉਂਦੀ ਹੈ ਤੈਨੂੰ ਅੱਖਾਂ ਬੰਦ ਕਰੀਆਂ? ਬਹਿ ਵੀ ਆਏ ਜੀ ਜਾਂ ਉਹ ਗੁੱਗੇ ਪਈਆਂ 3-4 ਆਪਣੇ? ਹੂੰ, ਉਹ ਗੁੱਗੇ ਨੀਂਦ ਆਉਂਦੀ ਹੈ? ਚੱਲ ਆ ਜਾ ਕੰਮ ਕਰ ਗਏ ਆਪਾਂ, ਉੱਠੇ ਤੋਂ ਪੰਜਰਾ
ਲੋ ਜੀ ਅੱਜ ਆਪਣੇ ਚਿੜੀਆਂ ਦਾ ਘਰ ਕਰਦੇ ਆ ਸਾਫ ਤੇ ਆਪਣੀਆਂ ਚਿੜੀਆਂ ਨੂੰ ਵਾਪਸ ਲੈ ਕੇ ਆਵਾਂਗੇ ਆਪਾਂ ਹੁਣ ਲਿਆਵਾਂਗੇ ਉਹ ਬਠਿੰਡੇ ਆ ਨਾ ਛੱਡੀ ਲਾਉਣਾ ਹੋਰ ਚੁੱਕੋ ਪਰੇ ਚਿੜੀਆਂ ਪਾ ਕੇ ਲਿਆਵਾਂਗੇ ਇੱਕ ਵੈਸੇ ਕਾਕੇ ਕੋਲ ਪਹਿਲਾਂ ਹੀ ਹੈਗਾ ਲੋ ਜੀ ਅੱਜ ਆਪਾਂ ਚਿੜੀਆਂ ਦੇ ਘਰ ਦੀ ਸਫਾਈ ਫੇਰ ਲੈ ਆਵਾਂਗੇ ਰੌਣਕਾਂ ਲਾਵਾਂਗੇ ਆਪਾਂ ਘਰੇ ਇਹ ਨਾ ਜੀ ਕਈ ਦਿਨਾਂ ਦਾ ਸੋਚਦੇ ਸੀ ਪਿੰਜਰਾ ਸਾਫ਼ ਕਰੀਏ ਕਿਉਂਕਿ ਆਪਣੇ ਨਾ ਚਿੜੀਆਂ ਹੁੰਦੀਆਂ ਸੀਗੀਆਂ ਪਹਿਲਾਂ ਤੇ ਉਹ ਦੇਸ਼ ਕੋਲ ਜਦੋਂ ਮੈਂ ਗਈ ਸੀ ਬਾਹਰ 3 ਕੁ ਮਹੀਨੇ ਉਦੋਂ ਚਿੜੀਆਂ ਮੈਂ ਆਪਣੇ ਕਜ਼ਨ ਨੂੰ ਦੇ ਗਈ ਸੀਗੀ ਲਵਬਰਡ ਸੀਗੇ ਚਿੜੀਆਂ ਸੀ ਪਰ ਮੈਨੂੰ ਆਏ ਸੀ ਵੀ ਸਾਫ਼ ਸਫਾਈ ਕਰੀਏ ਇਹਦੀ ਬਹੁਤ ਗੰਦਾ ਹੋਇਆ ਪਿਆ ਸੀ ਕਿੰਨੇ ਮਹੀਨੇ ਹੋ ਗਏ ਇਹਨੂੰ 4-5 ਮਹੀਨੇ ਹੀ ਪਏ ਇਹਨੂੰ ਅਤੇ ਅੱਜ ਮੈਂ ਇਹਦੀ ਸਾਫ਼ ਸਫਾਈ ਕਰਕੇ ਮਾਮੀ ਨੂੰ ਲਾ ਲਿਆ ਨਾਲ ਅਤੇ ਬੀਬੀ ਬਣ ਗਈ ਕੈਮਰਾਮੈਨ ਅਤੇ ਅੱਜ ਸਾਫ਼ ਸਫਾਈ ਕਰਕੇ ਨਾ ਇਹਨੂੰ ਜੰਗਾਲ ਵੀ ਲੱਗੀ ਪਈ ਹੈ ਅਤੇ ਰੰਗ ਵੀ ਪਿਆ ਆਪਣੇ ਕੋਲ ਮੈਂ ਗਮਲੇ ਰੰਗ ਕਰੇ ਸੀ ਉਹੀ ਰੰਗ ਆ ਜਿਹੜਾ ਉਹ ਮੈਂ ਲਾ ਦੇਣਾ ਇਹਨੂੰ ਅਤੇ ਚਲੋ ਵਿਚਾਰੀ ਮਾਮੀ ਵੀ ਹੈਲਪ ਕਰ ਰਹੀ ਆ ਉੱਪਰੋਂ ਛੱਤ ਛੁੱਤ ਆ ਜਿਹੜੀ ਉਹ ਸਾਫ਼ ਕਰਦੀ ਹੈ ਚੰਗੀ ਤਰ੍ਹਾਂ ਝਾੜ ਦਾਂਗੇ ਝਾੜ ਕੇ ਨਾ ਫਿਰ ਇਹਨੂੰ ਆਪਾਂ ਅੱਜ ਰੰਗ ਰੋਗਨ ਕਰਦੇ ਹਾਂ ਇਹਦੀ ਰੂਹ ਨਿਕਲ ਆਊਗੀ ਮੈਨੂੰ ਬਹੁਤ ਗੰਦਾ ਲੱਗਦਾ ਸੀਗਾ ਹੁਣ ਇਹਦੀ ਨੀਚੇ ਵਾਲੀ ਜਿਹੜੀ ਟ੍ਰੇ ਹੈ ਨਾ ਉਹ ਬਾਹਰ ਨਿਕਲ ਜਾਂਦੀ ਹੈ ਜੇ ਉਹਨੂੰ ਆਪਾਂ ਬਾਹਰ ਬੂਰ ਕੱਢ ਦਈਏ ਤਾਂ ਉਹਦੀ ਸਾਫ਼ ਸਫਾਈ ਹੋ ਜਾਂਦੀ ਹੈ ਕਿਉਂਕਿ ਪੰਛੀ ਜਦੋਂ ਵਿੱਚ ਹੁੰਦੇ ਆ ਉਹ ਬਿੱਠਾ ਬੁੱਠਾ ਸਾਰੀਆਂ ਇਹਦੇ ਵਿੱਚ ਹੀ ਜਾਂਦੀਆਂ ਨੇ ਅਤੇ ਉਹ ਗੰਦੀ ਹੋਈ ਪਈ ਹੈ ਬਸ ਉਹ ਟ੍ਰੇ ਹੁਣ ਆਪਾਂ ਝਾੜੂ ਝੁੜੂ ਮਾਰ ਕੇ ਚੰਗੀ ਤਰ੍ਹਾਂ ਉਹ ਸੁੱਕ ਜੇ ਜਾਂਦੀਆਂ ਨੇ ਬਿੱਠਾ ਉੱਪਰ ਉਹ ਸਾਰੀਆਂ ਸਾਫ਼ ਸੂਫ਼ ਕਰ ਦਿੰਦੇ ਹਾਂ ਅਤੇ ਟ੍ਰੇ ਆ ਜਿਹੜੀ ਉਹ ਸਾਰਾ ਗੰਦ ਮੰਦ ਆ ਉਹਦੇ ਵਿੱਚੋਂ ਕੱਢ ਦਾਂਗੇ ਇੱਕ ਵਾਰੀ ਸਾਫ਼ ਹੋ ਜੂਗੀ ਅੱਗੇ ਤਾਂ ਵਿਚਾਰਾ ਜਦੋਂ ਛੇਕੀ ਆਉਂਦਾ ਹੁੰਦਾ ਸੀ ਮੇਰੇ ਕੋਲ ਉਹੀ ਕਰਾ ਕੇ ਜਾਂਦਾ ਹੁੰਦਾ ਸੀ ਅਤੇ ਅੱਜ ਫਿਰ ਅਸੀਂ ਆਪ ਕਰਦੇ ਹਾਂ ਉਹਦੇ ਗਏ ਤੋਂ ਬਾਅਦ ਤਾਂ ਮੈਨੂੰ ਲੱਗਦਾ ਮੈਂ ਪਹਿਲੀ ਵਾਰ ਅੱਜ ਕੱਲ੍ਹ ਆਪ ਕਰਨ ਲੱਗੀ ਹਾਂ ਫਿਰ ਇੱਕ ਵਾਰੀ ਬਸ ਝਾੜੂ ਜਾਂ ਦੂਜਾ ਫਿਰ ਮਾਰ ਦਾਂਗੇ ਚੰਗੀ ਤਰ੍ਹਾਂ ਸਾਫ਼ ਹੋ ਜੂਗੀ ਇਹ ਅਤੇ ਨਹੀਂ ਤਾਂ ਨਾ ਇਹ 'ਚ ਸਮੈਲ ਜੀ ਆਉਣ ਲੱਗ ਜਾਂਦੀ ਹੈ ਜੇ ਇਹਦੀ ਸਾਫ਼ ਸਫਾਈ ਨਾ ਕਰੀਏ ਲਓ ਜੀ ਪੂਰਾ ਸਾਫ਼ ਹੋ ਗਿਆ ਅੰਦਰੋਂ ਸਾਰਾ ਗੰਦ ਮੰਦ ਹੈ ਜਿਹੜਾ ਉਹ ਆਪਾਂ ਕੱਢਤਾ ਮੋਟਾ ਮੋਟਾ ਰੰਗਾ ਹੀ ਮਾਰ ਦੇਣੀ ਮੈਂ ਤਾਂ ਹੀ ਮਾਰ ਦੇਣੀ ਮੋਟਾ ਮੋਟਾ ਰੰਗ ਮਾਰਤੀ ਖਰਾਬ ਜਿਹਾ ਰੰਗ ਲੱਗਦਾ ਮੈਨੂੰ ਨਹੀਂ ਉਹ ਮਿਕਸ ਜੀ ਕਰਨ ਵਾਲਾ ਇਹ ਗਮਲੇ ਵਾਲਾ ਰੰਗ ਹੈ ਖਰਾਬ ਨਹੀਂ ਹੈ ਚਮਕਮਾ ਲਿਆਉਣਾ ਸੀ ਇਹਦਾ ਜਾਨ ਨਹੀਂ ਲੱਗੂਗੀ ਬਸ ਟਾਈਮ ਪਾਸ ਜਿਹਾ ਕਰ ਲੈਣੀ ਹਾਂ ਰੰਗ ਬਰੰਗੇ ਪਿੰਜਰੇ 'ਚ ਛੱਡ ਦਾਂਗੇ ਪਿੰਜਰਾ ਆਪਾਂ ਕਰਤਾ ਬਣਾਤਾ ਵਧੀਆ ਚਿੜੀਆਂ ਦਾ ਘਰ ਚਮਕਾਤਾ ਜਿੱਥੇ ਜਿੱਥੇ ਜੰਗਾਲ ਲੱਗੀ ਸੀ ਉੱਥੇ ਆਪਾਂ ਸਾਰੇ ਕਰਤਾ ਰੰਗ
ਤੇ ਹੁਣ ਦੇਖੋ ਮੇਰਾ ਰਹਿ ਗਿਆ ਥੋੜਾ ਜਿਹਾ ਕੰਮ ਤੇ ਬੀਬੀ ਹੁਣਾਂ ਦੀ ਆ ਵੀ ਛੇਤੀ ਛੱਡ ਕੇ ਰੋਟੀ ਖਾ ਲਾਂ ਹੋਰ ਫੇਰ ਕਰ ਲਈ ਪਰ ਫੇਰ ਜਦੋਂ ਤੁਹਾਨੂੰ ਪਤਾ ਰੋਟੀ ਖਾ ਲਈਏ ਫੇਰ ਕੰਮ ਨੂੰ ਜੀ ਨਹੀਂ ਕਰਦਾ ਜੀ ਨੂੰ ਕੀ ਉੱਠ ਕੇ ਇੱਧਰ ਹੀ ਆ ਜਾਂਦਾ ਉਹਦਾ ਨਹੀਂ ਆ ਜਾਂਦਾ ਆ ਜਾਏਗੀ ਪਰ ਮੈਂ ਆਪਦਾ ਕੰਮ ਨਿਬੇੜ ਕੇ ਜਾਣਾ ਇਹ ਤਾਂ ਬਹੁਤ ਟਾਈਮ ਲੱਗੂਗਾ ਜੀ ਨਹੀਂ ਲੱਗਦਾ ਬਹੁਤ ਟਾਈਮ ਬੀਬੀ ਮੋਟਾ ਮੋਟਾ ਜਿਹਾ ਤਾਂ ਕਰਨਾ ਇਹ ਬਾਹਲਾ ਬਰੀਕੀ ਵਾਲਾ ਕੰਮ ਨਹੀਂ ਹੈਗਾ ਅਜੇ ਥੱਲੇ ਪਈ ਹੈ ਪੱਤਰੀ ਫੇਰ ਕੀ ਹੋ ਗਿਆ ਥੱਲੇ ਵਾਲੀ ਉਹ ਹਜੇ ਠਹਿਰ ਕੇ ਕਰਦਾ ਉਹ ਤਾਂ ਨੀਚੇ ਵਾਲੀ ਟਰੇ ਆ ਅਲੱਗ ਪਿੰਜਰਾ ਪਿੰਜਰਾ ਕਰਤਾ ਆਪਾਂ ਮੋਟਾ ਮੋਟਾ ਜਿਹਾ ਕਰਤਾ ਜੰਗਾਲ ਢਕੀ ਗਈ ਬੜਾ ਗੰਦਾ ਹੋ ਗਿਆ ਸੀ ਤਾਂ ਤਾਂ ਛੱਡਤਾ ਕਿਹੜਾ ਛੱਡਤਾ ਹਾਂ ਜੀ ਕਰੂੰਗੀ ਸਾਡੀ ਬੀਬੀ ਦਾ ਨਾ ਜੀ ਚਿੱਤ ਬੜਾ ਕਾਲਾ ਪੈਂਦਾ ਹੋਰ ਬੀਬੀ ਫਿਰ ਵੇਟ ਨਹੀਂ ਕਰ ਸਕਦੀ ਉਹ ਤਾਂ ਛੱਡਤਾ ਉਹ ਤਾਂ ਛੱਡਤਾ ਐਂ ਕੀ ਗਿਆ ਸਾਡੀ ਮਾਂ ਦਾ ਚਤਕਾ ਪੈਂਦਾ ਸੀ ਉਵੇਂ ਸਾਡਾ ਪੈਂਦਾ ਪਰ ਸਾਡਾ ਤਾਂ ਨਹੀਂ ਪੈਂਦਾ ਆਹੋ ਉਵੇਂ ਸਾਡਾ ਤਿੰਨਾਂ ਦਾ ਹੀ ਚਤਕਾ ਪੈਂਦਾ ਸੀ ਤਿੰਨਾਂ ਭੈਣਾਂ ਦਾ ਹੀ ਭਰਾਵਾਂ ਦਾ ਨਹੀਂ ਪੈਂਦਾ ਹੈਂ ਭਰਾਵਾਂ ਦਾ ਨਹੀਂ ਪੈਂਦਾ ਸੀ ਉਹਨਾਂ ਦਾ ਨਹੀਂ ਪੈਂਦਾ ਸੀ ਉਹਨਾਂ ਦਾ ਨਹੀਂ ਪੈਂਦਾ ਸੀ ਛੇਤੀ ਕੰਮ ਨੂੰ ਛੇਤੀ ਹੁਣ ਤੈਨੂੰ ਐਂ ਵੀ ਰੋਟੀ ਦਾ ਕੰਮ ਨਹੀਂ ਪੜੇ ਪਰੇ ਹੋਰ ਵੀ ਫਿਰ ਉਹ ਠਰ ਜਾਣਗੀਆਂ ਇਹ ਤਾਂ ਕੰਮ ਫਿਰ ਹੋ ਹੀ ਜਾਣਾ ਕੌਲੀ ਚ ਪਾਇਆ ਮੈਂ ਤਾਂ ਉਹ ਵੀ ਪਕਾ ਰਿਹਾ ਉਹਨੇ ਵੀ ਆਪਾਂ ਫੇਰ ਆ ਜਾਂਗੇ ਇੱਥੇ ਗਰਮੀ ਹੋ ਗਈ ਨਾ ਧੁੱਪ ਹੋ ਗਈ ਥੋੜਾ ਰਹਿ ਗਿਆ ਹੁਣ ਤਾਂ ਗਰਮੀ ਸਿਰ ਵੀ ਨਾ ਅੱਜ ਤਾਂ ਸਿਰ ਵੀ ਨਹੀਂ ਤੇਰੀ ਕਸਰ ਹੀ ਰਹਿ ਗਈ ਸੀ ਆਹੋ ਬੀਬੀ ਨੇ ਤਾਂ ਕਹਿ ਲਿਆ ਬਹੁਤ ਹੋਰ ਖਾਣੀ ਆ ਆਉਣੀ ਆ ਚਾਹ ਫਿਰ ਨਿਬੇੜ ਕੇ ਪੀ ਲਿਓ ਤੁਹਾਨੂੰ ਖਾਣ ਪੀਣ ਤੋਂ ਬਿਨਾਂ ਹੋਰ ਕੋਈ ਕੰਮ ਦੀ ਗੱਲ ਆਉਂਦੀ ਹੈ ਕਿ ਨਹੀਂ ਹੋਰ ਪਹਿਲਾਂ ਰੋਟੀ ਖਾ ਲਓ ਫਿਰ ਚਾਹ ਪੀ ਲਓ ਉਹਨੇ ਤਾਂ ਪੀ ਲਈ ਚਾਹ ਪੈਣ ਜੀ ਨੇ ਤਾਂ ਲਓ ਆ ਕੇ ਇਹ ਉਨੀ ਦੇਰ ਚ ਸੁੱਕਦਾ ਹੈ ਕਰਦੇ ਆ ਬੰਦ ਚਲੋ ਆਪਾਂ ਚਲੋ ਹੁਣ ਰੋਟੀਆਂ ਖਾ ਲਓ ਆਪਾਂ ਵੈਸੇ ਇਸ ਵੇਲੇ ਇੱਥੇ ਮੰਜਾ ਡਾ ਸਕਦੇ ਹਾਂ ਵਧੀਆ ਹਾਂ ਵਧੀਆ ਠੰਡਾ ਮੌਸਮ ਹੁਣ ਤਾਂ ਡਾ ਸਕਦੇ ਹਾਂ ਚੱਲ ਅਸੀਂ ਇੱਥੇ ਆ ਜਾਵਾਂਗੇ ਮੰਜੇ ਤੇ ਬਹਿ ਜਾਵਾਂਗੇ ਤੇਰੇ ਕੋਲ ਪਰ ਤੇਰਾ ਕੰਮ ਤਾਂ ਨਿਬੜ ਜੂ ਥੋੜਾ ਹੀ ਆ ਚਲੋ ਖਾਓ ਰੋਟੀਆਂ ਹੁਣ ਪੱਖਾ ਚਲਾਵਾਂ ਚਲੋ ਖਾਓ ਰੋਟੀ ਹਾਂਜੀ ਲੋ ਆਪਾਂ ਕੰਮ ਦਿੱਤੇ ਨੇ ਮੇਡ ਸਾਰੇ ਅਤੇ ਹੁਣ ਮੈਂ ਨਹਾਤੀ ਹਾਂ ਟਾਈਮ ਬਹੁਤ ਹੋ ਗਿਆ 1 ਵਜੇ ਦੁਪਹਿਰ ਦਾ ਅੱਜ ਤਾਂ ਪਿੰਜਰੇ ਨਹੀਂ ਸਾਰਾ ਟਾਈਮ ਲਵਾਤਾ ਮੈਨੂੰ ਰੰਗ ਰੁੰਗ ਦੇ ਚੱਕਰ 'ਚ ਅਤੇ ਥੋੜ੍ਹਾ ਜਿਹਾ ਰੰਗ ਬਚ ਗਿਆ ਸੀ ਜਿਹੜਾ ਰੰਗ ਬਚਿਆ ਸੀ ਉਹ ਮੈਂ ਖਚਾ ਸਿੱਟਣਾ ਕਾਹਨੂੰ ਆ ਆਹ ਮੈਂ ਇਹਨਾਂ ਗਮਲਿਆਂ ਨੂੰ ਕਰਤਾ ਇੱਕ ਗਮਲੇ ਨੂੰ ਤਾਂ ਜਮੀ ਥੋੜ੍ਹਾ ਜਿਹਾ ਹੋਇਆ ਫੁੱਲਾਂ ਜਾਂ 'ਤੇ ਫਿਰ ਰੰਗ ਬਿਲਕੁਲ ਹੀ ਖਤਮ ਹੋ ਗਿਆ ਫਿਰ ਆਪਾਂ ਸੁੱਟਤਾ ਹੁਣ ਮੈਂ ਇੱਕ ਤੁਹਾਨੂੰ ਪਿੰਜਰਾ ਵੀ ਦਿਖਾ ਦਾ ਮਾੜਾ ਜਿਹਾ ਫਾਈਨਲ ਲੁੱਕ ਦਿਖਾ ਦਿੰਦੀ ਹਾਂ ਉਹਦੀ ਲਓ ਜੀ ਪਿੰਜਰਾ ਬਹੁਤ ਸੋਹਣਾ ਹੋ ਗਿਆ ਜਾਲੀ ਨੂੰ ਤਾਂ ਲੱਗੀ ਨਹੀਂ ਹੋਈ ਜਾਰ ਕਿਉਂਕਿ ਸਿਲਵਰ ਜਿਹੀ ਹੁੰਦੀ ਆ ਫਿਰ ਦੇਖਾਂਗੇ ਜਦੋਂ ਰੰਗ ਹੋਇਆ ਕਦੇ ਇਹ ਤਾਂ ਰੰਗ ਪਿਆ ਸੀ ਆਪਣੇ ਕੋਲ ਬੱਚਿਆਂ
मैं सोचा चल पिंजरे नूं रंग करदा, बाली जंगाल लगी पई सी, गंदा लगदा सी, ते सोहना जिहा बण गया हुण चिड़ियां दा घर। ते हुण आपां आ पए ने चिड़ियां दे बर्तन, इहनां नूं धोवांगे। हजे नहीं धोंदी, हजे मैं शाम नूं धोवां, मैं थक गई हुण। ते साफ सुथरा हो गया, लिया के इहदे च आपां अपने पंछी छड्डांगे। लबर्ड्स हैगे सीगे अपने कोले, ते चिड़ियां हैगियां सीगियां इहदे ना, नीचे व्हील्स लगे हुए ने, ते उहदे नाल फिर इह अगे पिछे करना सौखा है। रंग सुक गया पूरा, रंग तो है तो कच्चा जिहा सीगा इह गमलिआं वाला, पर यह उतरदा नहीं हैगा क्योंकि मैं गमलिआं ते कीता सी ते उहनां तों उतरिआ नहीं सीगा। पहलां आओ देखो, वह जिहड़ा गमला नहीं पाया, वह नीले जिहे भी परे दिख रहे ने, आ देखो। तो इहनूं पिछली दिवाली वेले दा कीता हुआ, साल हो गया तो इहनां तों जमा ही नहीं उतरा हैगा। फिर मैं सोचा, वह देखो सारे उवें ही पए ने, किन्ने सोहणे सोहणे, इह सारे मैं आप ही कीते सीगे। फिर मैं सोचा भी चल कुछ नहीं हुंदा इहनूं भी, ये तो अंदर ही पिया रहना पिंजरा, किहड़ा बाहर होना है। आ माली कट गया थोड़े थोड़े, ये टाणे जी बाली नीचे नूं डिग पई सीगे। लो जी हुण मैं बाल सुका लां, बहुत ज़्यादा थकावट हो गई, रैसट करा ते बस ठीक है जी। फिर हुण आपां मिलांगे किसी नवें ब्लॉग दे नाल। अज ब्लॉग बहुत काफ़ी लंबा हो गया, तुसीं मेरे ब्लॉग्स नूं बहुत प्यार दे रहे हो, थैंक यू सो मच। फिर मिलते हैं किसी नवे ब्लॉग के नाल, तद तक लई सारिआं नूं सति श्री अकाल।